ਫਿਰੋਜ਼ਪੁਰ ਸ਼ਹਿਰ 'ਚ ਨਸ਼ਾ ਤਸਕਰਾਂ ਦਾ ਹੌਸਲਾ ਇਸ ਕਦਰ ਬੁਲੰਦ ਹੋ ਚੁੱਕਿਆ ਹੈ ਕਿ ਹੁਣ ਇਹ ਨਸ਼ਾ ਤਸਕਰ ਘਰ ਬੈਠੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾ ਰਹੇ ਨੇ। ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਜੀਰਾ ਗੇਟ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਤਨੀ ਆਪਣੇ ਪਤੀ ਨੂੰ ਨਸ਼ੇ ਦੇ ਦਲਦਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਨਸ਼ੇ ਦੇ ਸੌਦਾਗਰਾਂ ਨੇ ਔਰਤ ਦੇ ਘਰ ਜਾ ਕੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਔਰਤ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਨਸ਼ੇ ਦੇ ਆਦੀ ਨੇ। ਜਦੋਂ ਉਹਨਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਹਮਲਾਵਰਾਂ ਨੇ ਉਸ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਉਹਨਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਕੀ ਨਾਮ ਤੇ ਕਿੱਥੇ ਤੋਂ ਰਹਿਣ ਵਾਲੇ ਤੁਸੀਂ? ਮੈਂ ਗੁਰਮੀਤ ਕੌਰ ਜੀ, ਜੀਰਾ ਗੇਟ ਨਿਊ ਘਾਟੀ ਤੋਂ ਰਹਿਣ ਵਾਲੀ। ਹਾਂਜੀ ਹਾਂਜੀ, ਕੀ ਹੋਇਆ ਜਿਹੜੀ ਗੋਲਾਗਰਦੀ ਹੋਈ, ਕਿਹਨਾਂ ਨੇ ਕੀਤੀ ਆ? ਇਹ ਗੁਰਦੇਵ ਸਿੰਘ, ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ। ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ, ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ, ਇਹ ਨਸ਼ਾ ਕਰਨ ਦੇ ਆਦੀ ਨੇ, ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ, ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਿਰਪਾਨਾਂ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ। ਮੈਂ ਬੜੀ ਮੁਸ਼ਕਲ ਨਾਲ ਬਚੀ ਆ, ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ ਤੇ ਇਹਨਾਂ ਤੇ ਕਿੰਨੇ ਕੁ ਜਿਹੜੇ ਲੈਸ ਹੋ ਗਿਆ ਇਹ ਕਿਸੇ ਚੀਜ਼ਾਂ ਨਾਲ ਹਥਿਆਰ ਤੋਂ? ਹਾਂਜੀ, ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ, ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡੈਵਰ ਗੱਡੀ ਤੇ ਆਏ ਸੀ। ਕਿਸ ਤਰ੍ਹਾਂ ਦੇ ਬੰਦੇ, ਕਿਸ ਤਰ੍ਹਾਂ ਦੇ ਨੇ, ਕ੍ਰਿਮੀਨਲ? ਹਾਂਜੀ, ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੀ ਹੋਰ ਵੀ ਲੈ ਕੇ ਆਏ ਸੀ। ਬੰਦੇ ਲੈ ਕੇ? ਹਾਂਜੀ, ਬੰਦੇ ਲੈ ਕੇ ਆਏ ਸੀ। ਘਰ ਦੇ ਅੰਦਰ ਦਾਖਲ ਹੋ ਗਏ? ਘਰ ਦੇ ਅੰਦਰ ਦਾਖਲ ਹੋ ਗਏ ਜੀ, ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ, ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਵ ਸਿੰਘ ਨੇ। ਤੁਹਾਡੇ ਪੇਟ 'ਚ ਮਾਰੇ? ਪੇਟ ਤੇ ਮਾਰਿਆ, ਮੇਰੀ ਬਾਂਹ ਤੇ ਆ, ਗੁੱਟ ਤੇ ਆ। ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ, ਆਪਦੇ ਵੱਲੋਂ ਤਾਂ ਮਾਰ ਨਹੀਂ ਆਏ ਸੀ, ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਪਦੀ ਜਾਨ ਬਚਾਈ। ਇਸ ਤਰ੍ਹਾਂ ਦੀ ਨੱਥ ਪੈਣੀ ਚਾਹੀਦੀ ਸੀ? ਹਾਂਜੀ ਜ਼ਰੂਰ, ਗੁੰਡਾਗਰਦੀ ਤੇ ਨੱਥ ਪੈਣੀ ਚਾਹੀਦੀ ਹੈ। ਮੈਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਜੇ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰ ਨੂੰ ਭਾਜਦੇ, ਜੇ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਕਿ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਹਾਂਜੀ, ਫੜਿਆ ਜਾਵੇ, ਇਹ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ, ਲੋਕਾਂ ਦੇ ਘਰਾਂ ਚ ਵੜ ਕੇ ਧੱਕਾ ਕਰਦੇ, ਗੁੰਡਾਗਰਦੀ ਕਰਦੇ। ਇਹ ਕੌਣ? ਲਾਲੂ ਕੌਣ? ਇਹ ਹੈਗਾ ਏ ਗੁਰਦੇਵ ਸਿੰਘ ਦੀਪੂ। ਹੋਰ ਕੌਣ ਸੀਗੇ? ਮਨਜੀਤ ਸਿੰਘ, ਮੀਤਾ, ਹਰਪ੍ਰੀਤ ਸਿੰਘ। ਕਿੱਥੋਂ ਦੇ ਸੀਗੇ? ਹੀਰਾ ਨਗਰ ਦੇ ਰਹਿਣ ਵਾਲੇ, ਦਾਣਾ ਮੰਡੀ। ਠੀਕ, ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਹਾਂਜੀ, ਅਸੀਂ ਜੀਰਾ ਗੇਟ ਨਵੀਂ ਵਾਦੀ ਦੇ ਰਹਿਣ ਵਾਲੇ ਹਾਂ। ਹਾਂਜੀ, ਬਲਵਿੰਦਰ ਕੌਰ ਮੇਰਾ ਨਾਮ ਹੈ ਤੇ ਇਹ ਗੁਰਦੇਵ ਦੀਪੂ ਤੇ ਹਰਪ੍ਰੀਤ ਤੇ ਮੀਤਾ, ਮਨਜੀਤ, ਮੀਤਾ, ਇਹ ਦਾਣਾ ਮੰਡੀ ਦੇ ਨੇ। ਹੈ ਰਿਸ਼ਤੇ 'ਚ ਮੇਰੇ ਭਤੀਜੇ ਨੇ, ਪਰ ਅਸੀਂ ਇਹਨਾਂ ਨਾਲ ਵਰਤਦੇ ਨਹੀਂ, ਇਹਨਾਂ ਕਰਤੂਤਾਂ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ। ਕੀ ਕਰਦੇ ਨੇ? ਉਹ ਗੁੰਡਾਗਰਦੀ ਕਰਦੇ ਨੇ, ਇਹੀ ਨਸ਼ੇ ਦੇ। ਹਾਂਜੀ, ਨਸ਼ੇ ਦੇ ਵੀ, ਨਸ਼ੇ ਦਾ ਕੰਮ ਕਰਦੇ ਨੇ। ਹਾਂਜੀ, ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ। ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ, ਸਿਰਫ ਮੇਰੀ ਨੂੰਹ ਨੇ ਇਹੀ ਆਖਿਆ ਵੀ ਮੇਰੇ ਘਰ ਵਾਲਾ ਘਰ ਨਹੀਂ ਹੈਗਾ, ਅਸੀਂ ਨੂੰਹ ਸੱਸ ਘਰ ਸੀ। ਇਹਨਾਂ ਨੇ ਆ ਕੇ ਬਸ ਪੁੱਛਿਆ, ਰਾਤੀ ਪੁੱਛ ਕੇ ਗਏ ਨੇ, ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ, ਫਿਰ ਬੰਦੇ ਲੈ ਕੇ ਆਇਆ ਸੀ, ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾਖਲ ਹੋਵੇ, ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਹੈਗਾ, ਪਰ ਉਹਨੇ ਖੁੰਦਕ ਰੱਖੀ, ਉਹ ਸਵੇਰੇ ਫੇਰ ਆ ਗਿਆ। ਪਰ
ਕਿੰਨੀ ਹੱਦ ਕੀਤੀ? ਬਹੁਤ ਹੱਦ ਕੀਤੀ, ਮੇਰੀ ਨੂੰਹ ਤੇ ਖੰਡਿਆਂ ਦੇ ਵਾਰ ਕੀਤੇ, ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ। ਨਸ਼ੇ ਚ? ਹਾਂਜੀ, ਨਸ਼ੇ ਚ ਧੁੱਤ ਸੀ। ਅੱਛਾ ਅੱਛਾ, ਤੇ ਪੁਲਿਸ ਵੱਲੋਂ ਹੁਣ ਕੋਈ ਸਖਤੀ ਨਹੀਂ ਕਰ ਰਹੀ? ਪੁਲਿਸ ਵੱਲੋਂ ਕੋਈ ਸਖਤੀ ਕਾਰਵਾਈ ਕੋਈ ਨਹੀਂ, ਇਹਨਾਂ ਨੂੰ ਫੜ ਨਹੀਂ ਹੁੰਦਾ, ਕੋਈ ਫੜਦੇ ਨਹੀਂ ਪਏ। ਤੇ ਔਰਤਾਂ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਕਿਸ ਤਰ੍ਹਾਂ ਨੇ ਔਰਤਾਂ ਘਰ ਦੇ ਵਿੱਚ? ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ। ਬਾਹਰ ਵੀ? ਹਾਂਜੀ, ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ? ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ, ਇਹਨਾਂ ਨੂੰ ਫੜਿਆ ਜਾਏ, ਇਹਨਾਂ ਤੇ ਬੰਦੀ ਕਾਰਵਾਈ ਕੀਤੀ। ਸਰ, ਇੱਕ ਜਿਹੜਾ ਕੁੱਟਮਾਰ ਦਾ ਮਾਮਲਾ ਹੈ, ਕਿੱਥੋਂ ਦਾ ਮਾਮਲਾ ਹੈ ਤੇ ਕੀ ਹੋਇਆ? ਇਹ ਹੈ ਜੀ, ਨਵੀਂ ਆਬਾਦੀ ਚੀੜਾ ਵਿੱਚ ਗੁਰਮੀਤ ਕੌਰ ਦੇ ਬਿਆਨਾਂ ਤੇ ਪਰਚਾ ਪਹੁੰਚਿਆ। ਉਹਨੇ ਕਿਹਾ ਵੀ ਜਿਹੜਾ ਗੁਰਦੀਪ ਸਿੰਘ ਆ ਉਰਫ ਦੀਪੂ, ਮੇਰੇ ਮਾਮੇ ਸਹੁਰੇ ਦਾ ਮੁੰਡਾ, ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਹਬਾ ਕਿੱਥੇ ਆ, ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨੀਗਾ। ਮੈਂ ਗੁਰਮੀਤ ਕੌਰ ਨੇ ਇਹ ਲਿਖਾਇਆ ਵੀ ਮੈਂ ਉਹਨੂੰ ਰੋਕਦੀ ਹਾਂ ਵੀ ਇਹਨੂੰ ਨਾ ਮਿਲ, ਤੇ ਉਹ ਮਿਲਣਾ ਚਾਹੁੰਦਾ ਸੀ ਉਹ, ਤੇ ਹੈਗਾ ਘਰੇ ਸੀ। ਉਹਨੇ ਇਸ ਕਾਰਨ ਗੁੱਸੇ ਚ ਆ ਕੇ ਕਿ ਮੈਨੂੰ ਮਾਰ ਕੁੱਟ ਕੀਤੀ ਆ ਤੇ ਮੇਰੇ ਘਰ ਦੀ ਭੰਨ ਤੋੜ ਕੀਤੀ ਆ। ਤੇ ਹੋਰ ਕੀ ਸੀਸੀਟੀਵੀ ਆ ਆਪਣੇ ਕੋਲ ਸਾਹਮਣੇ? ਜਿੱਥੇ ਸੀਸੀਟੀਵੀ ਚ ਸਾਡੇ ਸਾਹਮਣੇ ਫੋਟੋਜ਼ ਆਈ ਆ, ਉਹਦੇ ਉਹ ਮਾਰ ਰਿਹਾ ਇੰਨਾ, ਉਹਨੂੰ ਗਾਲੀ ਗਲੋਚ ਕਰ ਰਿਹਾ, ਦੋ ਬੰਦੇ ਉਹਦੇ ਨਾਲ ਹੋਰ ਆ, ਉਹ ਵੀ ਨਾਮਜ਼ਦ ਕੀਤੇ ਆ। ਉਹਦੇ ਬਿਆਨਾਂ ਤੇ ਪਰਚਾ ਦਰਜ ਕਰਤਾ, ਪਰਚਾ ਦਰਜ ਕਰਕੇ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ। ਮਾੜੀ ਸੰਗਤ ਤੇ ਲਾਉਣਾ ਚਾਹੁੰਦਾ ਸੀ? ਹਾਂ, ਮਾੜੀ ਸੰਗਤ ਵਿੱਚ ਪਾਉਣਾ ਚਾਹੁੰਦਾ, ਇਸ ਕਰਕੇ ਉਹਦੇ ਨਾਲ ਹੋ ਗਿਆ। ਇਸ ਲਈ ਉਹਨੇ ਉਹ ਆਪਦੇ ਘਰ ਵਾਲੇ ਤੋਂ ਉਹਨੂੰ ਰੋਕਦੀ ਸੀ ਮਿਲਣ ਤੋਂ, ਵੀ ਇਹ ਮਾੜੀ ਸੰਗਤ ਵਿੱਚ ਨਸ਼ੇ ਪੱਤੇ ਚ ਨਾ ਹੋਵੇ। ਇਸ ਲਈ ਉਹਨੇ ਉਹਨੂੰ ਝੂਠ ਮਾਰਿਆ, ਉਹਨੇ ਫਿਰ ਗੁੱਸੇ ਚ ਆ ਕੇ ਉਹਦੀ ਕੁੱਟ ਮਾਰ ਕੀਤੀ ਹੈ ਜਲਦੀ ਤੋਂ ਜਲਦੀ ਗ੍ਰਿਫਤਾਰੀ ਪਾ ਲਈ।